ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ 'ਚ ਤੁਹਾਡਾ ਸਭ ਦਾ ਸਵਾਗਤ। ਅੱਜ ਦੇਸ਼ ਭਰ ਦੇ ਵਿੱਚ ਟਰਾਂਸਪੋਰਟਰਾਂ ਦੀ ਹੜਤਾਲ ਨੇ ਕਾਫੀ ਕੁਝ ਬਦਲ ਦਿੱਤਾ, ਖਾਸ ਕਰਕੇ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਵੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ। ਹਾਲਾਂਕਿ ਕਈ ਥਾਵਾਂ ਦੇ ਉੱਤੇ ਪ੍ਰਸ਼ਾਸਨ ਨੇ ਸਥਾਨਕ ਪੱਧਰ ਦੇ ਉੱਤੇ ਟਰਾਂਸਪੋਰਟਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਔਰ ਕਿਹਾ ਔਰ ਟਰੱਕ ਡਰਾਈਵਰਾਂ ਨੇ ਵੀ ਕਿਹਾ ਕਿ ਠੀਕ ਹੈ, ਅਸੀਂ ਟੈਂਕਰ ਆ ਜਿਹੜੇ ਉਹ ਚਾਲੂ ਰੱਖਾਂਗੇ ਔਰ ਪੰਪਾਂ ਤੱਕ ਤੇਲ ਲੈ ਕੇ ਜਾਵਾਂਗੇ। ਕਈ ਕਈ ਥਾਵਾਂ ਤੋਂ ਰਾਤ ਭਰੀਆਂ ਖਬਰਾਂ ਆਈਆਂ ਨੇ, ਪਰ 10 ਰਾਜ ਪ੍ਰਭਾਵਿਤ ਘੱਟੋ ਘੱਟ ਦੇਸ਼ ਭਰ ਦੇ ਹੋਏ ਨੇ, ਜਿਸ ਵਿੱਚ ਉੱਤਰ ਭਾਰਤ ਦੇ ਕਈ ਰਾਜ ਨੇ, ਜਿਸ ਵਿੱਚ ਪੰਜਾਬ ਅਤੇ ਚੰਡੀਗੜ੍ਹ ਵੀ ਸ਼ਾਮਲ ਹੈ। ਇਸ ਦੇ ਵਿੱਚ ਹੁਣ ਤਾਜ਼ਾ ਅਪਡੇਟ ਇਹ ਹੈ ਕਿ ਜਲਦੀ ਹੀ ਜਿਹੜਾ ਕੇਂਦਰੀ ਗ੍ਰਹਿ ਸਕੱਤਰ ਦੇ ਨਾਲ ਵੀ ਮੀਟਿੰਗ ਹੋਵੇਗੀ, ਜਿਸ ਦੇ ਵਿੱਚ ਇਹ ਪਤਾ ਲੱਗੇਗਾ ਕਿ ਦਰਅਸਲ ਔਰ ਇਸ ਵਿੱਚ ਟਰਾਂਸਪੋਰਟ ਮਹਿਕਮੇ ਦੇ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਨੇ, ਟਰਾਂਸਪੋਰਟਰ ਯੂਨੀਅਨ ਨੇ ਜਿਹੜੇ ਉਹਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ ਔਰ ਜਲਦੀ ਹੀ ਇਹ ਮਸਲੇ ਦਾ ਹੱਲ ਦੇਸ਼ ਪੱਧਰ 'ਤੇ ਕੱਢੇ ਜਾਣ ਦੀ। ਹਾਲਾਂਕਿ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਜਿਹੜਾ ਸਖਤੀ ਕੀਤੀ ਗਈ ਹੈ, ਜੁਰਮਾਨੇ ਵਧਾ ਦਿੱਤੇ ਗਏ, ਸਜ਼ਾ ਦੇ 'ਚ ਵਾਧਾ ਕਰ ਦਿੱਤਾ ਗਿਆ, ਉਸ ਨੂੰ ਲੈ ਕੇ ਡਰਾਈਵਰਾਂ ਦੀ ਸੇਫਟੀ ਕਿਤੇ ਨਹੀਂ ਹੈ। ਇਹ ਇਤਰਾਜ਼ ਨੇ ਕਾਨੂੰਨ ਨੂੰ ਲੈ ਕੇ ਕੀ ਕੁਝ ਬਦਲਾਉਣਾ ਚਾਹੁੰਦੇ ਨੇ ਟਰਾਂਸਪੋਰਟਰ ਕਾਨੂੰਨ ਦੇ ਅੰਦਰ, ਇਸ ਬਾਬਤ ਸਰਕਾਰ 'ਤੇ ਦਬਾਅ ਬਣਾਉਣ ਦੀ ਖਾਤਰ ਦੇਸ਼ ਭਰ ਦੇ ਵਿੱਚ ਤਕਰੀਬਨ ਜਿਹੜੀ ਗਿਣਤੀ ਮੰਨੀ ਜਾਂਦੀ ਹੈ 80 ਲੱਖ ਤੋਂ ਵੱਧ ਟਰੱਕ ਡਰਾਈਵਰਾਂ ਦੀ, ਟੈਂਕਰ ਡਰਾਈਵਰਾਂ ਦੀ, ਤਾਂ ਉਹਨਾਂ ਨੇ ਹੜਤਾਲ ਕਰ ਦਿੱਤੀ। ਤਾਂ ਉਹਨਾਂ ਦੀ ਹੜਤਾਲ ਮਹਿੰਗੀ ਪੈ ਰਹੀ ਆ ਸੂਬਾ ਸਰਕਾਰਾਂ ਨੂੰ ਵੀ, ਕੇਂਦਰ ਸਰਕਾਰ ਨੂੰ ਵੀ, ਕਿਉਂਕਿ ਸਾਰਾ ਕੁਛ ਨਿਰਭਰ ਆਵਾਜਾਈ 'ਤੇ ਹੁੰਦਾ ਹੈ। ਟਰਾਂਸਪੋਰਟ ਆ ਜਿਹੜੀ ਪਬਲਿਕ ਅਤੇ ਪ੍ਰਾਈਵੇਟ ਦੋਨੋਂ ਪ੍ਰਭਾਵਿਤ ਹੋਈਆਂ ਨੇ, ਇੱਥੋਂ ਤੱਕ ਕਿ ਜ਼ਰੂਰੀ ਸੇਵਾਵਾਂ ਜਿਹੜੀਆਂ ਐਂਬੂਲੈਂਸ ਸੇਵਾਵਾਂ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਹੋਣਾ ਪਿਆ। ਹਾਲਾਂਕਿ ਕਈ ਥਾਵਾਂ ਤੋਂ ਸੂਬਿਆਂ ਨੇ ਦਾਅਵਾ ਕੀਤਾ, ਜਿਵੇਂ ਕਿ ਪੰਜਾਬ ਪ੍ਰਸੰਗ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਤੇਲ ਦਾ ਸਟਾਕ ਬਹੁਤ ਜ਼ਿਆਦਾ ਹੈ, ਲੋਕ ਘਬਰਾਹਟ ਵਿੱਚ ਨਾ ਹੋਣ, ਕਿਸੇ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈ, ਜਲਦੀ ਹੀ ਭਰੋਸਾ ਦਵਾ ਕੇ ਟੈਂਕਰਾਂ ਨੂੰ ਵੀ ਸ਼ੁਰੂ ਕਰ ਦਿੱਤਾ ਜਾਵੇਗਾ, ਟਰਾਂਸਪੋਰਟ ਆ ਜਿਹੜੀ ਉਹ ਵੀ ਨਿਰਵਿਘਨ ਚਾਲੂ ਰਹੇਗੀ। ਹਾਲਾਂਕਿ ਉਹਨਾਂ ਦੇ ਚੱਕੇ ਜਾਮ ਨੇ ਦੇਸ਼ ਭਰ ਦੇ ਵਿੱਚ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਔਰ ਕਿਸਾਨ ਜਥੇਬੰਦੀਆਂ ਨੇ ਵੀ ਕਈ ਥਾਵਾਂ ਦੇ ਉੱਤੇ ਟਰਾਂਸਪੋਰਟਰਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ, ਕਿਹਾ ਕਿ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਅਸੀਂ ਵੀ ਇਹਨਾਂ ਦੇ ਨਾਲ ਖੜ੍ਹੇ ਹਾਂ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਸਾਡੀ ਸੇਫਟੀ ਲਈ ਕਾਨੂੰਨ ਦੇ ਵਿੱਚ ਕੁਝ ਖਾਸ ਨਹੀਂ, ਪਰ ਸਖਤ ਸਜ਼ਾਵਾਂ ਦੇ ਕੇ ਜਿਹੜਾ ਇੱਕ ਤਰ੍ਹਾਂ ਦਾ ਦਬਾਅ ਹੈ ਉਸ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਜਾਂ ਕਾਨੂੰਨ ਵਾਪਸ ਹੋਣਾ ਚਾਹੀਦਾ। ਹਾਲਾਂਕਿ ਕਈ ਥਾਵਾਂ ਦੇ ਉੱਤੇ ਅਦਾਲਤਾਂ ਨੇ ਵੀ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਨੇ, ਜਿਸ ਵਿੱਚ ਮੱਧ ਪ੍ਰਦੇਸ਼ ਵੀ ਇੱਕ ਹੈ, ਜਿੱਥੇ ਹੜਤਾਲ ਖਤਮ ਕਰਨ ਦੇ ਲਈ ਆਖ ਦਿੱਤਾ ਗਿਆ। ਸੂਬੇ ਭਰ ਦੇ ਵਿੱਚ ਹੀ ਨਹੀਂ, ਦੇਸ਼ ਭਰ ਦੇ ਵਿੱਚ ਹੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਇਸੇ ਤਰ੍ਹਾਂ ਤੇਲੰਗਾਨਾ ਦੇ ਵਿੱਚ ਵੀ ਹੈਦਰਾਬਾਦ ਦੇ ਵਿੱਚ ਪੈਟਰੋਲ ਪੰਪ ਦੇ ਉੱਤੇ ਭੀੜ ਕਾਬੂ ਕਰਨ ਲਈ ਪੁਲਿਸ ਬੁਲਾਉਣੀ ਪੈ ਗਈ, ਕਈ ਥਾਵਾਂ 'ਤੇ ਝੜਪਾਂ ਹੋਈਆਂ, ਕਈ ਥਾਵਾਂ 'ਤੇ ਨਾਅਰੇਬਾਜ਼ੀ ਹੋ ਰਹੀ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਆਗਰਾ ਦੇ ਵਿੱਚ ਵੀ ਟਰੱਕ ਡਰਾਈਵਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਬਿਹਾਰ ਦੇ ਵਿੱਚ ਵੀ ਪੰਪਾਂ ਦੇ ਉੱਤੇ ਪੈਟਰੋਲ ਨਹੀਂ ਹੈ ਅਤੇ ਉਸਦੇ ਪੋਸਟਰ ਚਿਪਕਾ ਦਿੱਤੇ ਗਏ, ਟਰੱਕ ਡਰਾਈਵਰਾਂ ਦਾ ਸੜਕਾਂ 'ਤੇ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਕਾਨਪੁਰ ਦੇ ਵਿੱਚ ਵੀ ਲੋਕ ਪਲਾਸਟਿਕ ਬੋਤਲਾਂ ਦੇ ਵਿੱਚ ਵੀ ਪੈਟਰੋਲ ਭਰਵਾਉਂਦੇ ਨਜ਼ਰ ਆਏ। ਇਸੇ ਤਰ੍ਹਾਂ ਚੰਡੀਗੜ੍ਹ ਯੂਟੀ ਦੀ ਗੱਲ ਕਰੀਏ ਤਾਂ ਉੱਥੇ 2 ਪਹੀਆ ਵਾਹਨ ਦੇ ਲਈ ਫਿਲਹਾਲ ਦੀ ਘੜੀ 2 ਲੀਟਰ ਤੇਲ ਅਤੇ 4 ਵੀਲਰਾਂ ਦੇ ਲਈ ਜਿਹੜਾ 4 ਪਹੀਆ ਵਾਹਨਾਂ ਦੇ ਲਈ 4 ਲੀਟਰ ਤੇਲ ਜਿਹੜਾ ਨਿਰਧਾਰਿਤ ਕਰ ਦਿੱਤਾ ਗਿਆ। ਔਰ ਇਸ ਮਸਲੇ 'ਤੇ ਕਈ ਥਾਵਾਂ ਤੋਂ ਜਿਹੜੀਆਂ ਤਸਵੀਰਾਂ ਆਈਆਂ ਨੇ ਉਹ ਬੜੀਆਂ ਤਣਾਅਪੂਰਨ ਸੀ, ਜਾਂ ਫਿਰ ਇਹ ਕਹਿ ਲਈਏ ਕਿ ਬੜੀਆਂ ਪਰੇਸ਼ਾਨ ਕਰਨ ਵਾਲੀਆਂ ਸੀ ਕਈ ਥਾਵਾਂ 'ਤੇ, ਕਿਉਂਕਿ ਝੜਪਾਂ ਵੀ ਹੋਈਆਂ। ਇਸ ਮਾਮਲੇ 'ਚ ਦੇਖਦੇ ਹਾਂ ਕਿ ਕੇਂਦਰ ਸਰਕਾਰ ਦੇਸ਼ ਭਰ ਦੇ ਵਿੱਚ ਟਰਾਂਸਪੋਰਟਰਾਂ ਨੂੰ ਸ਼ਾਂਤ ਕਰਨ ਦੇ ਲਈ ਜਾਂ ਹੜਤਾਲ ਖਤਮ ਕਰਵਾਉਣ ਦੇ ਲਈ ਕੀ ਕੁਝ ਹੀਲਾ ਵਰਤਦੀ ਹੈ। ਫਿਲਹਾਲ ਕਈ ਥਾਵਾਂ ਦੇ ਉੱਤੇ ਹੜਤਾਲ ਉਸੇ ਤਰ੍ਹਾਂ ਜਾਰੀ ਹੈ ਅਤੇ ਕਈ ਥਾਵਾਂ 'ਤੇ ਪ੍ਰਸ਼ਾਸਨ ਨੇ ਟਰਾਂਸਪੋਰਟਰਾਂ ਨੂੰ ਮਨਵਾ ਲਿਆ ਕਿ ਇਹ ਹੜਤਾਲ ਖਤਮ ਕਰੋ ਔਰ ਅਸੀਂ ਤੁਹਾਡੇ ਸਹਿਯੋਗ ਦੇਣ ਲਈ ਤੁਹਾਡੇ ਨਾਲ ਖੜ੍ਹੇ ਹਾਂ। ਇਸ ਦੇ ਨਾਲ ਹੀ ਦੇਸ਼ ਭਰ ਦੇ ਵਿੱਚ ਕੋਹਰੇ ਦਾ ਵੀ ਕਹਿਰ ਹੈ। ਲਗਾਤਾਰ 19 ਰਾਜ ਪ੍ਰਭਾਵਿਤ ਹੋ ਰਹੇ ਨੇ, ਕੋਹਰਾ ਇੰਨਾ ਜ਼ਿਆਦਾ ਹੈ
ਕਿ ਕਈ ਸ਼ਹਿਰਾਂ ਦੇ ਵਿੱਚ ਤਾਂ ਵਿਜ਼ੀਬਿਲਿਟੀ ਵੀ ਜ਼ੀਰੋ ਹੋ ਗਈ ਹੈ, ਜਿਸ ਕਰਕੇ ਸੜਕੀ ਦੁਰਘਟਨਾਵਾਂ ਵਾਪਰਨ ਦੀਆਂ ਖਬਰਾਂ ਵੀ ਚਾਰੇ ਪਾਸਿਓਂ ਆ ਰਹੀਆਂ ਨੇ। ਰਾਜਸਥਾਨ ਯੂਪੀ ਦੇ ਵਿੱਚ ਵੀ ਸਵੇਰ ਦਾ ਤਾਪਮਾਨ 6 ਡਿਗਰੀ ਤੱਕ ਸੀ। ਉੱਤਰ ਭਾਰਤ ਦੇ ਬਹੁਤੇ ਜਿਹੜੇ ਰਾਜ ਨੇ ਉਹ ਸ਼ੀਤ ਲਹਿਰ ਦੇ ਨਾਲ ਜਿਹੜੇ ਨੇ ਪ੍ਰਭਾਵਿਤ ਹੋਏ, ਉਸਦੀ ਚੇਤਾਵਨੀ ਵੀ ਦਿੱਤੀ ਗਈ ਹੈ। ਦੇਸ਼ ਦੇ ਵਿੱਚ 19 ਰਾਜਾਂ ਨੂੰ ਪ੍ਰਭਾਵਿਤ ਹੋਣਾ ਪਿਆ। ਜ਼ਿਆਦਾ ਕੋਰਾ ਪੈਣ ਦੇ ਕਰਕੇ ਭੋਪਾਲ, ਅਜਮੇਰ, ਬੀਕਾਨੇਰ ਅਤੇ ਲਖਨਊ, ਵਾਰਾਣਸੀ, ਬਹਿਰਾਇਚ, ਬਰੇਲੀ, ਪਟਿਆਲਾ, ਦੇਹਰਾਦੂਨ ਦੇ ਵਿੱਚ ਜ਼ੀਰੋ ਵਿਜ਼ੀਬਿਲਿਟੀ ਹੈ ਰਿਕਾਰਡ ਕੀਤੀ ਗਈ। ਕੋਰੇ ਦਾ ਅਸਰ ਟ੍ਰੇਨਾਂ ਦੇ ਉੱਤੇ ਵੀ ਪੈ ਰਿਹਾ, ਆਵਾਜਾਈ 'ਤੇ ਵੀ ਪੈ ਰਿਹਾ। ਦਿੱਲੀ ਦੇ ਵਿੱਚੋਂ ਚੱਲਣ ਵਾਲੀਆਂ 26 ਰੇਲ ਗੱਡੀਆਂ ਦਾ ਜਿਹੜਾ ਸਮਾਂ ਸੀ ਨਿਰਧਾਰਿਤ, ਉਸ 'ਤੇ ਉਹ ਨਹੀਂ ਚੱਲ ਪਾਈਆਂ। ਅੱਜ ਦੇਸ਼ ਭਰ ਦੇ ਵਿੱਚ ਉੱਤਰ ਪ੍ਰਦੇਸ਼, ਰਾਜਸਥਾਨ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਸਵੇਰ ਦਾ ਤਾਪਮਾਨ 0 ਡਿਗਰੀ ਸੈਲਸੀਅਸ 'ਤੇ ਦਰਜ ਕੀਤਾ ਗਿਆ। ਕਈ ਥਾਵਾਂ ਦੇ ਉੱਤੇ ਮਾਈਨਸ 0 ਡਿਗਰੀ ਆ ਜਿਹੜਾ, ਉੱਥੇ ਤੱਕ ਵੀ ਤਾਪਮਾਨ ਆ ਜਿਹੜਾ ਉਹ ਪੁੱਜਿਆ। ਹਾਲਾਂਕਿ ਇਸ ਮਸਲੇ ਦੇ ਵਿੱਚ ਕਈ ਉੱਤਰ ਭਾਰਤ ਦੇ ਰਾਜ ਐਸੇ ਨੇ ਜਿੱਥੇ ਜਿਹੜੇ ਠੰਡ ਪੈ ਰਹੀ ਹੈ, ਔਰ ਕਸ਼ਮੀਰ ਅਤੇ ਸ਼੍ਰੀਨਗਰ ਦੇ ਵਿੱਚ ਵੀ ਪਾਰਾ -4.8 ਡਿਗਰੀ ਤੱਕ ਜਿਹੜਾ ਉਹ ਡਿੱਗਿਆ, ਔਰ ਉੱਥੇ ਹੀ ਬਰਫ਼ ਦੀਆਂ ਪਰਤਾਂ ਜੰਮਣ ਲੱਗੀਆਂ ਨੇ। ਮੌਸਮ ਵਿਭਾਗ ਨੇ 5 ਜਨਵਰੀ ਤੋਂ ਲੈ ਕੇ 11 ਜਨਵਰੀ ਦੇ ਵਿੱਚ ਰਾਤ ਅਤੇ ਦਿਨ ਦੇ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਹੋਣ ਦੀ ਸੰਭਾਵਨਾ ਜਿਹੜੀ ਜਤਾ ਦਿੱਤੀ ਆ। ਉੱਤਰ ਭਾਰਤ ਦੇ ਕੁਝ ਰਾਜਾਂ ਦੇ ਵਿੱਚ ਸ਼ੀਤ ਲਹਿਰ ਵੀ ਚੱਲਦੀ ਦਿਖਾਈ ਦੇ ਰਹੀ ਹੈ, ਉਸਨੂੰ ਮਹਿਸੂਸ ਕੀਤਾ ਜਾ ਸਕਦਾ, ਪਰ ਕਈ ਲੋਕ ਪ੍ਰਭਾਵਿਤ ਹੋ ਰਹੇ ਨੇ। ਵਿਜ਼ੀਬਿਲਿਟੀ 0 ਹੋਣ ਦੇ ਕਰਕੇ ਜਿੱਥੇ ਸੜਕੀ ਦੁਰਘਟਨਾਵਾਂ ਵਾਪਰ ਰਹੀਆਂ ਨੇ, ਉੱਥੇ ਰੇਲ ਆਵਾਜਾਈ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਕਈ ਰੇਲਾਂ ਨੂੰ ਰੱਦ ਕਰਨਾ ਪੈ ਰਿਹਾ ਅਤੇ ਕਈਆਂ ਦੇ ਸਮੇਂ ਨੇ ਜਿਹੜੇ ਉਹ ਬਦਲਣੇ ਪੈ ਰਹੇ ਨੇ। ਸਮਾਂ ਸਾਰਨੀ ਦੇ ਵਿੱਚ ਵੀ ਉਥਲ ਪੁਥਲ ਕਰਨੀ ਪੈ ਰਹੀ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਜਿਹਨਾਂ ਇਲਾਕਿਆਂ ਦੇ ਵਿੱਚ ਜਿੰਨੀ ਜ਼ਿਆਦਾ ਠੰਡ ਪੈ ਰਹੀ ਆ, ਉਹਨੇ ਇਲਾਕੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ। ਉਸ ਦੇ ਵਿੱਚ ਜਿੱਥੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਦੇ ਨਾਲ ਲੋਕਾਂ ਨੂੰ ਵੀ 2-4 ਹੋਣਾ ਪੈ ਰਿਹਾ ਅਤੇ ਉਹਨਾਂ ਦੇ ਕੰਮਾਂ ਦੇ ਉੱਤੇ ਵੀ ਸਿੱਧੇ ਤੌਰ 'ਤੇ ਪ੍ਰਭਾਵ ਪੈ ਰਿਹਾ। ਅਗਲੀ ਖਬਰ ਜੁੜੀ ਹੈ ਸੁਪਰੀਮ ਕੋਰਟ ਦੇ ਨਾਲ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਰੇਲਵੇ ਸੁਰੱਖਿਆ ਦੇ ਲਈ ਤੁਸੀਂ ਕੀ ਕੀਤਾ ਹੈ। ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਹੋਈ ਜਿਸ ਦੇ ਵਿੱਚ ਕੇਂਦਰ ਸਰਕਾਰ ਤੋਂ ਪੁੱਛਿਆ ਗਿਆ ਕਿ ਟ੍ਰੇਨ ਹਾਦਸੇ ਰੋਕਣ ਦੇ ਲਈ ਰੇਲਵੇ ਨੇ ਹੁਣ ਤੱਕ ਕੀ ਕੀਤਾ, ਸੇਫਟੀ ਪੈਰਾਮੀਟਰ ਕੀ ਲਗਾਏ ਨੇ। ਸੁਪਰੀਮ ਕੋਰਟ ਨੇ ਸਰਕਾਰ ਤੋਂ ਜਵਾਬ ਮੰਗਿਆ ਕਿ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਸਿਸਟਮ ਕਵਚ ਦੀ ਜਿਹੜੀ ਜਾਣਕਾਰੀ ਵੀ ਮੰਗੀ ਗਈ ਹੈ। ਜਸਟਿਸ ਸੂਰਿਆਕਾਂਤ ਅਤੇ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਅਟੋਰਨੀ ਜਨਰਲ ਨੂੰ ਕਿਹਾ ਕਿ ਰੇਲਵੇ ਨੇ ਕਿਹੜਾ ਐਸਾ ਸੁਰੱਖਿਆ ਦਾ ਉਪਾਅ ਲਾਗੂ ਕੀਤਾ ਜਿਸ ਦੇ ਨਾਲ ਕਰਨ ਦੀ ਲੋੜ ਹੈ, ਔਰ 4 ਹਫ਼ਤੇ ਬਾਅਦ ਹੋਣ ਵਾਲੀ ਸੁਣਵਾਈ ਦੇ ਵਿੱਚ ਇਸ ਦੀ ਡਿਟੇਲ ਦਿੱਤੀ ਜਾਵੇ। ਜੂਨ ਦੇ ਵਿੱਚ ਹੋਏ ਉੜੀਸਾ ਰੇਲ ਹਾਦਸੇ ਦੇ ਵਿੱਚ 293 ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਤੋਂ ਬਾਅਦ ਸਰਕਾਰ ਨੇ ਕਵਚ ਸਿਸਟਮ ਲਿਆਉਣ ਦੇ ਲਈ ਜਾਂ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਗੱਲ ਕਹੀ ਸੀ। ਕੋਰਟ ਨੇ ਪੁੱਛਿਆ ਕਿ ਕਵਚ ਸਿਸਟਮ ਦੇ ਰੂਪ ਪੂਰੇ ਦੇਸ਼ ਦੇ ਵਿੱਚ ਲਾਗੂ ਕਰਨ ਨੂੰ ਕਿੰਨਾ ਆਰਥਿਕ ਬੋਝ ਪੈਣ ਵਾਲਾ ਹੈ, ਕੀ ਇਸ ਦਾ ਆਕਲਨ ਹੈ ਜਿਹੜਾ, ਜਾਂ ਇਸ ਦਾ ਜੋੜ ਤੋੜ ਹੈ ਜਿਹੜਾ, ਕਰਨ ਦੇ ਲਈ ਕੋਈ ਪ੍ਰਕਿਰਿਆ ਅਪਣਾਈ ਗਈ ਹੈ। ਇਹ ਸਵਾਲ ਕੀਤਾ ਗਿਆ, ਯਾਚਿਕਾ ਪਾਈ ਗਈ ਸੀ ਜਦੋਂ ਰੇਲ ਹਾਦਸੇ ਰੋਕਣ ਦੇ ਉਪਾਅ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਸੁਪਰੀਮ ਕੋਰਟ ਦੇ ਵਿੱਚ ਇੱਕ ਉਸੇ ਪਟੀਸ਼ਨ ਦੀ ਸੁਣਵਾਈ ਕੀਤੀ ਗਈ ਸੀ ਜਿਸ ਦੇ ਵਿੱਚ ਹਾਦਸੇ ਰੋਕਣ ਲਈ ਰੇਲਵੇ ਐਕਸੀਡੈਂਟ ਪ੍ਰੋਟੈਕਟਿਵ ਉਪਾਵਾਂ ਨੂੰ ਲਾਗੂ ਕਰਨ ਦੇ ਲਈ ਜਾਂ ਉਹਨਾਂ ਸਕੀਮਾਂ ਨੂੰ ਲਾਗੂ ਕਰਨ ਲਈ ਜਿਸ ਦੇ ਨਾਲ ਲੋਕ ਸੇਫਟੀ ਮਹਿਸੂਸ ਕਰਨ, ਰੇਲਵੇ ਸਿਸਟਮ ਆ ਜਿਹੜਾ ਪੂਰਾ ਸੁਰੱਖਿਆ ਦੇ ਨਾਲ ਲੈਸ ਹੋਵੇ, ਔਰ ਸਰਕਾਰ ਨੂੰ ਨਿਰਦੇਸ਼ ਦੇਣ ਦੇ ਲਈ ਮੰਗ ਕੀਤੀ ਗਈ ਸੀ। ਇਸ ਪਟੀਸ਼ਨ ਦੀ ਮੰਗ ਵੀ ਇਹੀ ਸੀ ਕਿ ਰੇਲਵੇ ਦੇ ਵਿੱਚ ਤਤਕਾਲ ਪ੍ਰਭਾਵ ਦੇ ਨਾਲ ਸੁਰੱਖਿਆ ਸਿਸਟਮ ਲਾਗੂ ਹੋਣਾ ਚਾਹੀਦਾ, ਉਸ ਦੀ ਗਾਈਡਲਾਈਨ ਜਾਰੀ ਕੀਤੀ ਜਾਵੇ। ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਟ੍ਰੇਨ ਪ੍ਰੋਟੈਕਸ਼ਨ ਸਿਸਟਮ ਦੇ ਲਈ ਜਿਹੜਾ ਸੇਫਟੀ ਮਕੈਨਿਜ਼ਮ ਹੈ, ਉਸ ਨੂੰ ਹੁਣ ਤੱਕ ਦੇਸ਼ ਭਰ ਦੇ ਵਿੱਚ ਗਰਾਊਂਡ ਲੈਵਲ 'ਤੇ ਲਾਗੂ ਨਹੀਂ ਕੀਤਾ ਗਿਆ। ਇਹ ਸਾਬਤ ਹੋ ਚੁੱਕਾ ਹੈ ਕਿ ਜਿਹੜਾ ਸੁਰੱਖਿਆ ਹੈ ਉਸ ਨੂੰ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਸਿਸਟਮ ਦੇ ਨਾਲ
ਜੋੜਿਆ ਜਾਣਾ ਚਾਹੀਦਾ। ਉੜੀਸਾ ਦੇ ਬਾਲਾਸੋਰ ਦੇ ਵਿੱਚ ਵਾਪਰੇ ਹਾਦਸੇ ਵਾਲੇ ਰੂਟ ਦੇ ਉੱਤੇ ਹੁਣ ਤੱਕ ਨਹੀਂ ਲਗਾਇਆ ਗਿਆ। ਕੀ ਰੇਲ ਕਵਚ ਜਿਸ ਦੇ ਨਾਲ ਉੜੀਸਾ ਰੇਲ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ, ਉਹ ਸਿਸਟਮ ਹਾਲੇ ਵੀ ਲਾਗੂ ਨਹੀਂ? ਇਸੇ ਟ੍ਰੇਨ ਟੈਕ ਜਿਹੜਾ ਕੋਲੇਜਨਨ ਅਵੋਇਡੈਂਸ ਸਿਸਟਮ ਆ ਜਿਹੜਾ, ਯਾਨੀ ਕਿ TCAS ਜਿਸ ਨੂੰ ਕਿਹਾ ਜਾਂਦਾ ਹੈ, ਭਾਰਤ ਦੇ ਵਿੱਚ 2012 ਦੇ ਵਿੱਚ ਬਣ ਕੇ ਤਿਆਰ ਹੋਇਆ ਸੀ। ਇੰਜਨ ਅਤੇ ਪਟੜੀਆਂ 'ਤੇ ਲੱਗੇ ਇਸ ਡਿਵਾਈਸ ਦੀ ਮਦਦ ਦੇ ਨਾਲ ਟ੍ਰੇਨ ਦੀ ਓਵਰ ਸਪੀਡਿੰਗ ਕੰਟਰੋਲ ਨੂੰ ਕੰਟਰੋਲ ਕੀਤਾ ਜਾਂਦਾ ਸੀ। ਇਹ ਸਿਸਟਮ ਲਾਗੂ ਹੋਣਾ ਬੇਹੱਦ ਲਾਜ਼ਮੀ ਹੈ, ਇਸੇ ਕਰਕੇ ਸੁਪਰੀਮ ਕੋਰਟ ਨੇ ਅਗਲੀ ਹੋਣ ਵਾਲੀ ਸੁਣਵਾਈ ਤੱਕ ਕੇਂਦਰ ਸਰਕਾਰ ਤੋਂ ਡਿਟੇਲ ਦੇ ਵਿੱਚ ਜਵਾਬ ਮੰਗ ਲਿਆ। ਅਗਲੀ ਖਬਰ ਜੁੜੀ ਹੈ ਸਿਆਸਤ ਦੇ ਨਾਲ। ਕਾਂਗਰਸ ਦੇ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਵਾਰ ਕੀਤਾ ਹੈ ਭਾਜਪਾ ਦੇ ਉੱਤੇ, ਕੇਂਦਰ ਸਰਕਾਰ ਦੇ ਉੱਤੇ। ਕਾਂਗਰਸੀ ਨੇਤਾ ਸੋਨੀਆ ਗਾਂਧੀ ਨੇ ਕਿਹਾ ਕਿ ਸੱਤਾ ਦੇ ਵਿੱਚ ਬੈਠੇ ਲੋਕਾਂ ਦੇ ਲਈ ਧਰਮ ਨਿਰਪੱਖ ਹੋਣਾ ਅਪਮਾਨਜਨਕ ਬਾਤ ਬਣ ਗਈ ਹੈ। ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਆਖਿਆ ਕਿ ਇਹ ਹੁਣ ਅਪਮਾਨਜਨਕ ਗੱਲਾਂ ਲੱਗਦੀਆਂ ਨੇ ਜਿਹੜੀਆਂ ਧਰਮ ਨਿਰਪੱਖਤਾ ਦੀ ਗੱਲ ਕਰਦੇ ਨੇ। ਇਸ ਦੀ ਵਜ੍ਹਾ ਦੇ ਨਾਲ ਸਾਡੇ ਸਮਾਜ ਦਾ ਜਿਹੜਾ ਧਰੁਵੀਕਰਨ ਕੀਤਾ ਜਾ ਰਿਹਾ ਅਤੇ ਵੱਧਦਾ ਜਾ ਰਿਹਾ। ਸੋਨੀਆ ਗਾਂਧੀ ਨੇ ਕਿਹਾ ਕਿ ਧਰਮ ਨਿਰਪੱਖ ਹੋਣਾ ਭਾਰਤ ਦੇ ਲੋਕਤੰਤਰ ਦੀ ਨੀਂਹ ਦਾ ਪੱਥਰ ਹੈ। ਸੋਨੀਆ ਗਾਂਧੀ ਨੇ ਵੀ ਕਿਹਾ ਕਿ ਮਨੋਰਮਾ ਈਅਰਬੁੱਕ 2024 ਦੇ ਵਿੱਚ ਲਈ ਇੱਕ ਆਰਟੀਕਲ ਲਿਖਿਆ ਗਿਆ। ਸੱਤਾ ਦੇ ਵਿੱਚ ਬੈਠੇ ਲੋਕ ਕਹਿੰਦੇ ਨੇ ਕਿ ਉਹ ਲੋਕਤੰਤਰ ਦੇ ਲਈ ਪ੍ਰਤੀਬੱਧ ਨੇ, ਪਰ ਇਸ ਨੂੰ ਕਮਜ਼ੋਰ ਕਰ ਰਹੇ ਨੇ। ਉਹ ਰਾਸਤੇ ਦੇ ਵਿੱਚ ਜਿੰਨੇ ਵੀ ਸਾਡੇ ਦੇਸ਼ ਦੀ ਏਕਤਾ ਅਤੇ ਤਾਲਮੇਲ ਦੀ ਤਰਫ ਜਾਂਦਾ ਹੈ, ਉਸ ਨੂੰ ਬਰਬਾਦ ਕੀਤਾ ਜਾ ਰਿਹਾ। ਲੋਕਤੰਤਰ ਅਤੇ ਧਰਮ ਨਿਰਪੱਖਤਾ ਗਹਿਰਾਈ ਦੇ ਵਿੱਚ ਆਪਸ ਦੇ ਵਿੱਚ ਜੁੜੇ ਹੋਏ ਨੇ, ਜਿਵੇਂ ਕਿ ਰੇਲ ਦੀ ਪਟੜੀ 2 ਟਰੈਕ ਨੇ, ਔਰ ਜੋ ਸਰਕਾਰ ਇੱਕ ਮਜ਼ਬੂਤ ਸੁਸਾਇਟੀ ਬਣਨ ਦੇ ਲਈ ਤਰਫ ਲੈ ਕੇ ਜਾਂਦੀ ਹੈ, ਉਸ ਦੇ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ। ਸੋਨੀਆ ਗਾਂਧੀ ਨੇ ਵਾਰ ਕਰਦਿਆਂ ਹੋਇਆਂ ਇਸ ਮਸਲੇ ਦੇ ਵਿੱਚ ਆਖਿਆ ਕਿ ਜਿਹੜੇ ਸਾਡੇ ਨਾਗਰਿਕ ਨੇ ਭਾਰਤ ਦੇ, ਉਹਨਾਂ ਨੂੰ ਸਮਝਣ ਦੀ ਲੋੜ ਹੈ। ਕੇਂਦਰ ਸਰਕਾਰ ਜਿਸ ਤਰ੍ਹਾਂ ਦੀਆਂ ਨੀਤੀਆਂ ਲੈ ਕੇ ਆਈ ਹੈ, ਉਸ ਦੇ ਵਿੱਚ ਬਹੁਤ ਸਾਰਾ ਝੋਲ ਮੋਲ ਹੈ। ਔਰ ਸੋਨੀਆ ਗਾਂਧੀ ਨੇ ਕਿਹਾ ਕਿ ਹੁਣ ਤੱਕ ਇਹਨਾਂ ਸ਼ਬਦਾਂ ਨੂੰ ਵਾਕਿਫ ਹਾਂ ਅਸੀਂ, ਜਿਵੇਂ ਕਿ ਅਸੀਂ ਡਿਬੇਟ, ਸਪੀਚ, ਸਕੂਲੀ ਕਿਤਾਬਾਂ, ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਦੇ ਹਾਂ, ਇਸ ਦੇ ਬਾਵਜੂਦ ਇਹਨਾਂ ਜਿਹੜੀਆਂ ਸਾਰੀਆਂ ਸ਼ਬਦਾਂ ਨੂੰ ਅਸਲ ਮਤਲਬ ਜਿਹੜੇ ਆਸਾਨੀ ਦੇ ਨਾਲ ਸਮਝ ਨਹੀਂ ਆਉਂਦੇ। ਇਹ ਸ਼ਬਦ ਅਗਰ ਸਾਫ਼ ਸਾਫ਼ ਸਮਝ ਲਿਆ ਗਿਆ ਤਾਂ ਹਰ ਨਾਗਰਿਕ ਨੂੰ ਭਾਰਤ ਦੇ ਇਤਿਹਾਸ, ਮੌਜੂਦਾ ਸਮੇਂ ਦੀਆਂ ਚੁਣੌਤੀਆਂ ਅਤੇ ਭਵਿੱਖ ਦੀ ਜਿਹੜੀ ਰਾਹ ਹੈ ਉਹ ਬਿਹਤਰ ਤਰੀਕੇ ਨਾਲ ਸਮਝਣ ਦੀ ਮਦਦ ਮਿਲੇਗੀ। ਸੋਨੀਆ ਗਾਂਧੀ ਨੇ ਕਿਹਾ ਕਿ ਧਰਮ ਨਿਰਪੱਖਤਾ ਦਾ ਅਰਥ ਹੈ ਸਰਵ ਧਰਮ ਸੰਭਾਵ, ਯਾਨੀ ਕਿ ਸਾਰਿਆਂ ਦਾ ਸਨਮਾਨ ਕਰਨਾ ਸੋਨੀਆ ਗਾਂਧੀ ਦਾ ਕਹਿਣਾ ਸੀ। ਹਾਲਾਂਕਿ ਇਸ ਮਸਲੇ 'ਤੇ ਪਹਿਲਾਂ ਰਾਹੁਲ ਗਾਂਧੀ ਨੇ ਇੱਕ ਵੀਡੀਓ ਵੀ ਯੂਟਿਊਬ 'ਤੇ ਜਾਰੀ ਕੀਤੀ ਸੀ, ਜਿਸ ਦੇ ਵਿੱਚ ਉਹ ਆਪਣੀ ਮਾਤਾ ਦੇ ਨਾਲ ਅਚਾਰ ਪਾਉਂਦੇ ਦਿਖਾਈ ਦਿੱਤੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ BJP ਵਾਲੇ ਵੀ ਲਿਜਾ ਸਕਦੇ ਨੇ, ਅਤੇ ਸੋਨੀਆ ਗਾਂਧੀ ਨੇ ਉਦੋਂ ਵੀ ਹੱਸ ਕੇ ਜਵਾਬ ਦਿੱਤਾ ਸੀ ਕਿ ਕਿਤੇ ਉਹ ਪੁੱਠਾ ਅਚਾਰ ਸਾਡੇ ਉੱਤੇ ਨਾ ਸੁੱਟ ਦੇਣ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਅਤੇ ਸੋਨੀਆ ਗਾਂਧੀ ਨੇ ਆਪਣੀ ਦਿੱਤੇ ਇੱਕ ਉਸ ਲਿਖੇ ਆਰਟੀਕਲ ਦੇ ਵਿੱਚ ਵੀ ਧਰਮ ਨਿਰਪੱਖਤਾ ਨੂੰ ਲੈ ਕੇ ਵੀ ਕਿਹਾ ਕਿ ਕੇਂਦਰ ਸਰਕਾਰ ਇਸ ਦੇ ਬਿਲਕੁਲ ਉਲਟ ਕੰਮ ਕਰਦੀ ਦਿਖਾਈ ਦੇ ਰਹੀ ਹੈ। ਅਪਮਾਨਜਨਕ ਸ਼ਬਦ ਆ ਜਿਹੜਾ ਧਰਮ ਨਿਰਪੱਖਤਾ ਉਹ ਬਣ ਗਿਆ ਲੱਗਦਾ। ਉੱਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਕਸ਼ਦੀਪ ਦੇ ਜਾ ਕੇ ਆਖਿਆ ਕਿ ਇੱਥੇ ਇਨਫਰਾਸਟ੍ਰਕਚਰ ਵੱਲ ਕਿਸੇ ਵੀ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਧਿਆਨ ਨਹੀਂ ਦਿੱਤਾ। PM ਮੋਦੀ ਬੋਲੇ ਕਿ ਸਾਡੀਆਂ ਕੋਸ਼ਿਸ਼ਾਂ ਜਾਰੀ ਨੇ, ਕੋਈ ਬਿਜਲੀ ਗੈਸ ਜੈਸੀਆਂ ਜਿਹੜੀਆਂ ਸੁਵਿਧਾਵਾਂ ਨੇ, ਸਹੂਲਤਾਂ ਨੇ, ਉਸ ਤੋਂ ਕੋਈ ਵੀ ਵਾਂਝਾ ਨਾ ਰਹੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਕਸ਼ਦੀਪ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੰਮੇ ਸਮੇਂ ਤੱਕ ਇਸ ਦੇ ਇਨਫਰਾਸਟ੍ਰਕਚਰ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ।
ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਗਰੀਬਾਂ ਦੇ ਕੋਲ ਘਰ ਹੋਵੇ, ਟੋਇਲਟ ਹੋਵੇ, ਬਿਜਲੀ ਗੈਸ ਵਰਗੀਆਂ ਸਹੂਲਤਾਂ ਹੋਣ, ਕੋਈ ਵੀ ਇਹਨਾਂ ਤੋਂ ਵਾਂਝਾ ਨਾ ਰਹੇ। ਲਕਸ਼ਦੀਪ ਦੇ ਵਿੱਚ ਪੀਐਮ 1,150 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸਨ। ਇੱਥੇ ਪਹਿਲਾਂ ਵੀ ਪੀਐਮ ਨੇ ਤਾਮਿਲਨਾਡੂ ਦੇ ਇਲਾਕੇ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ ਦੀ ਨਵੀਂ ਟਰਮੀਨਲ ਬਿਲਡਿੰਗ ਦਾ ਵੀ ਉਦਘਾਟਨ ਕੀਤਾ ਸੀ। ਇਸ ਤੋਂ 1100 ਕਰੋੜ ਰੁਪਏ ਦਾ ਜਿਹੜਾ ਇਹ ਬਣਾਇਆ ਗਿਆ। ਇਸ ਤੋਂ ਇਲਾਵਾ ਪੀਐਮ ਨੇ ਤਾਮਿਲਨਾਡੂ ਦੇ ਵਿੱਚ ਰੇਲ, ਸੜਕ, ਤੇਲ, ਗੈਸ, ਸ਼ਿਪਿੰਗ ਅਤੇ ਉੱਚੀ ਪੱਧਰ ਦੀ ਜਿਹੜੀ ਸਿੱਖਿਆ ਦੇਣ ਦੇ ਨਾਲ ਜੁੜੀਆਂ ਗੱਲਾਂ ਨੇ ਉਸ ਦੇ ਨਾਲ ਜੁੜੇ ਹੋਏ 19,850 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰ ਚੁੱਕੇ ਨੇ। ਪ੍ਰਧਾਨ ਮੰਤਰੀ ਨੇ ਅੱਜ ਸਵੇਰੇ 10:30 ਦਾ ਸਮਾਂ ਸੀ, ਸਭ ਤੋਂ ਪਹਿਲਾਂ ਉਹ ਤਿਰੁਚਪੱਲੀ ਵਿੱਚ ਪਹੁੰਚੇ ਨੇ। ਉੱਥੇ ਹੀ ਉਹਨਾਂ ਨੇ ਭਾਰਤੀ ਦਾਸਨ ਵਿਸ਼ਵ ਵਿਦਿਆਲਿਆ ਦੇ ਵਿੱਚ 38ਵੇਂ ਦੀਕਸ਼ਾਂਤ ਸਮਾਰੋਹ ਦੇ ਵਿੱਚ ਜਿਹੜਾ ਉਹ ਸ਼ਾਮਲ ਹੁੰਦੇ ਨੇ। ਗੋਲਡ ਮੈਡਲਿਸਟ ਸਟੂਡੈਂਟਸ ਨੂੰ ਉਹਨਾਂ ਨੇ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਦੇ ਨਾਲ ਰਾਜ ਦੇ ਗਵਰਨਰ ਨੇ ਜਿਹੜੇ RN ਰਵੀ ਅਤੇ ਮੁੱਖ ਮੰਤਰੀ MK ਸਟਾਲਿਨ ਵੀ ਮੌਜੂਦ ਸਨ। ਲਕਸ਼ਦੀਪ ਦੇ ਵਿੱਚ PM ਨੇ 3-4 ਵੱਡੀਆਂ ਗੱਲਾਂ ਆਖੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਜ਼ਿਕਰ ਕਰ ਚੁੱਕੇ ਹਾਂ। ਉਹਨਾਂ ਨੇ ਕਿਹਾ ਕਿ ਇਨਫਰਾਸਟ੍ਰਕਚਰ ਵੀ ਹੁਣ ਵਧੇਗਾ, ਪੂਰੇ ਦੇਸ਼ ਦੇ ਵਿਕਾਸ ਦੇ ਵਾਂਗ ਲਕਸ਼ਦੀਪ ਦੇ ਵਿੱਚ ਵੀ ਇੱਥੇ ਤਰੱਕੀ ਕੀਤੀ ਜਾਵੇਗੀ। ਪਹਿਲਾਂ ਕਿਸੇ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਧਿਆਨ ਨਹੀਂ ਦਿੱਤਾ, ਪਰ ਸਾਡੀ ਕੋਸ਼ਿਸ਼ ਹੈ ਕਿ ਹਰ ਗਰੀਬ ਦੇ ਕੋਲ ਘਰ ਹੋਵੇ, ਟਾਇਲਟ ਹੋਵੇ, ਗੈਸ ਵਰਗੀਆਂ ਸਹੂਲਤਾਂ ਹੋਣ, ਤਾਂ ਗੈਸ ਸਿਲੰਡਰ ਨੇ ਜਾਂ ਹੋਰ ਘਰੇਲੂ ਸਮਾਨ ਦੀਆਂ ਸਹੂਲਤਾਂ ਹੋਣ। ਘੱਟੋ ਘੱਟ ਇਹਨਾਂ ਸਹੂਲਤਾਂ ਤੋਂ ਅਸੀਂ ਕਿਸੇ ਨੂੰ ਵੀ ਵਾਂਝਾ ਨਹੀਂ ਰੱਖਾਂਗੇ। ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ 'ਚ ਖਬਰਾਂ ਦਾ ਸਿਲਸਿਲਾ ਅੱਜ ਇੱਥੇ ਹੀ ਖਤਮ ਹੁੰਦਾ। ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।